इस वीडियो को लाइक करें, हमारे चैनल को सब्सक्राइब कर बेल आइकन जरूर प्रेस करें हमारी न्यू वीडियो सबसे पहले देखने के लिए। मिट्टी दे पुतले मिट्टी दे वेच ही जांदे, पगां जचदियां सिर दे उत्ते, गुत्तां नाल परांदे, ਇਸ਼ਕ ਦੇ ਦਰਿਆ ਸਾਰੇ ਹੀ ਵੜਦੇ, ਪਰ ਕੋਈ ਕੋਈ ਕਰਦਾ ਭੁੱਖੇ ਨੂੰ ਕੋਈ ਮੂੰਹ ਨਹੀਂ ਲਾਉਂਦਾ, ਖਾਂਦੇ ਨੂੰ ਕੋਈ ਨਾ ਜੜਦਾ, ਆਸ਼ਕ ਸੱਜਣ ਵੇਖ ਹੀ ਲੈਂਦੇ, ਲੱਖ ਕਰੇ ਕੋਈ ਪੜਦਾ, ਨਾਲ ਜੁੜਨ ਨੂੰ ਸਭ ਨੇ ਰਾਜ਼ੀ, ਪਿੱਛੇ ਕੋਈ ਨਹੀਂ ਮਰਦਾ। ਅਸਲਾਮ ਅਲੈਕਮ, ਆ ਗਿਆ ਤੁਹਾਡਾ ਯਾਰ ਮਲਿਕ। ਦੋਸਤੋ, ਕੀ ਹਾਲ ਹੈ ਤੁਹਾਡਾ? ਠੀਕ ਠਾਕ ਹੋ? ਅੱਲਾ ਤੁਹਾਨੂੰ, ਤੁਹਾਡੇ ਬੱਚਿਆਂ ਨੂੰ, ਤੁਹਾਡੇ ਵੱਡਿਆਂ ਨੂੰ ਸਿਹਤ ਤੰਦਰੁਸਤੀ ਦੇਵੇ ਜੀ। ਅਤੇ ਅੱਜ ਮੈਂ ਲੈ ਕੇ ਆਇਆ ਜੀ, ਤਰਕੀ ਦੇ ਬੱਚੇ ਨੇ, 1 ਹਫ਼ਤਾ ਇਹਨਾਂ ਦੀ ਉਮਰ ਹੈ। ਜਿਹੜੇ ਮੇਰੇ ਵੀਰ ਨੂੰ, ਦੋਸਤ ਨੂੰ ਸ਼ੌਕ ਹੋਵੇ ਅਤੇ ਜਨਾਬ ਉਹ ਸਾਡੇ ਕੋਲੋਂ ਮੰਗਾ ਸਕਦਾ। ਇਹਦੇ ਵਿੱਚ ਮੈਂ ਸਾਰੇ ਰੰਗ ਜਿਹੜੇ ਜਨਾਬ ਉਹ ਰੱਖੇ ਨੇ, ਅਤੇ ਜਿਹੜਾ ਵੀ ਤੁਹਾਨੂੰ ਚਾਹੀਦਾ ਹੋਵੇ ਤਾਂ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ। 1 ਹਫ਼ਤਾ ਇਹਨਾਂ ਦੀ ਉਮਰ ਹੈ ਜੀ, ਅਫਾਸੀ ਟੀਕੇ ਇਹਨਾਂ ਨੂੰ ਲੱਗੇ ਨੇ, ਡਿਵਰਮਿੰਗ ਹੋਈ ਹੈ। ਅਤੇ ਜਿਹੜੇ ਮੇਰੇ ਵੀਰ ਨੂੰ, ਦੋਸਤ ਨੂੰ ਸ਼ੌਕ ਹੋਵੇ ਅਤੇ ਉਹ ਜਨਾਬ ਸਾਡੇ ਕੋਲੋਂ ਮੰਗਾ ਸਕਦਾ। ਕਾਰਗੋ ਦੀ ਸਹੂਲਤ ਜਿਹੜੀ ਹੈ ਜੀ, ਪੂਰੇ ਪਾਕਿਸਤਾਨ 'ਚ ਮੌਜੂਦ ਹੈ ਅਤੇ ਬਹੁਤ ਪਿਆਰੀ ਬਰੀਡ ਹੈ ਜੀ। ਇਹ ਮਾਸ਼ਾਅੱਲਾ ਵੱਡੇ ਕੱਦ ਵਾਲੇ ਨੇ ਜੀ, ਵਜ਼ਨ ਵੀ ਇਹਨਾਂ ਦੇ ਵੱਡੇ ਹੁੰਦੇ ਨੇ, ਭਾਰੇ ਵਜ਼ਨ ਵਾਲੇ ਨੇ, ਔਰ ਕਲਰ ਵੀ ਇਹਨਾਂ ਦੇ ਬੜੇ ਖੂਬਸੂਰਤ ਨੇ। ਖੁਦ ਹੀ ਖਾਂਦੇ ਪੀਂਦੇ ਨੇ ਜੀ, ਅਤੇ ਜਿੱਥੇ ਮਰਜ਼ੀ ਤੁਸੀਂ ਘਰ ਰੱਖ ਲਓ, ਡੇਰੇ 'ਤੇ ਰੱਖ ਲਓ, ਬਾਹਰ ਰੱਖ ਲਓ, ਸੇਨ 'ਚ ਰੱਖ ਲਓ, ਹਰ ਜਗ੍ਹਾ 'ਤੇ ਰਹਿ ਜਾਂਦੇ ਨੇ। ਅਤੇ ਇਹ ਜਨਾਬ ਸਰਦੀ ਗਰਮੀ ਦਾ ਪਰਿੰਦਾ ਹੁੰਦਾ, ਅਤੇ ਇਹ ਜਨਾਬ ਖੁਦ ਖਾਂਦੇ ਪੀਂਦੇ ਨੇ। ਤੁਸੀਂ ਬਾਹਰ ਇਹਨਾਂ ਨੂੰ ਛੱਡੋਗੇ, ਇਹ ਆਪ ਹੀ ਆਪਣਾ ਜਿਹੜਾ ਉਹ ਢਿੱਡ ਭਰ ਲੈਂਦੇ ਨੇ, ਔਰ ਇਹਨਾਂ ਨੂੰ ਮਾੜੀ ਚੰਗੀ ਤੁਹਾਨੂੰ ਦੱਸਾਂਗੇ ਕਿ ਇਹਨਾਂ ਨੂੰ ਕੀ ਖੁਰਾਕ ਪਾਣੀ ਹੈ। ਉਹ ਖੁਰਾਕ ਪਾ ਕੇ ਜਨਾਬ ਇਹ ਮੋਟੇ ਤਾਜ਼ੇ ਔਰ ਹੈਲਦੀ ਹੋ ਜਾਣਗੇ। ਇਹਨਾਂ ਦੀ ਜਨਾਬ ਡਿਵਰਮਿੰਗ ਹੋਈ ਹੈ, ਫਾਸੀ ਟੀਕੇ ਲੱਗੇ ਨੇ, ਉਹ ਚੀਜ਼ਾਂ ਕਰਾਉਣੀਆਂ ਜ਼ਰੂਰੀ ਹੁੰਦਾ ਨੇ। ਉਸ ਤੋਂ ਬਾਅਦ ਫਿਰ ਇਹ ਆਪਣਾ ਜਿਹੜਾ ਜਨਾਬ ਇਹ ਜਿਸਮ ਬਣਾਉਂਦੇ ਨੇ, ਔਰ ਖੁਰਾਕ ਇਹਨਾਂ ਨੂੰ ਜਿਸਮ ਨੂੰ ਲੱਗਦੀ ਹੈ, ਔਰ ਮੋਟੇ ਤਾਜ਼ੇ ਔਰ ਹੈਲਦੀ ਹੋ ਜਾਂਦੇ ਨੇ, ਅਤੇ ਦੂਸਰਾ ਨਸਲ 'ਤੇ ਵੀ ਹੁੰਦਾ ਜੇ, ਠੀਕ ਹੈ ਨਾ। ਨਸਲ ਵੀ ਜਿਹੜੀ ਅੱਛੀ ਹੋਏਗੀ ਉਹੀ ਗਰੋਥ ਕਰੇਗੀ, ਜਿਹੜੀ ਨਸਲ ਅੱਛੀ ਨਹੀਂ ਹੋਏਗੀ ਨਾ, ਪਿਓਰ ਬਰੀਡ ਨਹੀਂ ਹੋਏਗੀ, ਉਹ ਗਰੋਥ ਵੀ ਨਹੀਂ ਕਰੇਗੀ ਕਿਸੇ ਕਿਸਮ ਦੀ ਵੀ ਕੋਈ ਚੀਜ਼ ਹੋਵੇ, ਠੀਕ ਹੈ ਨਾ ਜੀ। ਅਤੇ ਤੁਸੀਂ ਵੀ ਜਨਾਬ ਵੇਖ ਚਾ ਕੇ ਅੱਛੀ ਚੀਜ਼ ਲਿਆ ਕਰੋ, ਦੁਕਾਨਦਾਰ ਕੋਲੋਂ ਜ਼ਰਾ ਥੋੜ੍ਹਾ ਜਿਹਾ ਪਰਹੇਜ਼ ਹੀ ਕਰਿਆ ਕਰੋ। ਘਰਾਂ ਦੇ ਵਿੱਚ ਫਾਰਮਾਂ ਦੇ ਵਿੱਚ ਚੀਜ਼ਾਂ ਰੱਖੀਆਂ ਹੋਣ, ਉਹ ਚੀਜ਼ਾਂ ਜਿਹੜੀਆਂ ਨੇ ਤੁਸੀਂ ਲਿਆ ਕਰੋ, ਔਰ ਉਹਨਾਂ ਨੂੰ ਜਿਹੜਾ ਪ੍ਰੋਪਰ ਜਿਹੜਾ ਜਨਾਬ ਫਾਸੀ ਟੀਕੇ ਅਤੇ ਉਹਨਾਂ ਦੀ ਖੁਰਾਕ ਦਾ ਬੰਦੋਬਸਤ ਜਿਹੜਾ ਉਹਨਾਂ ਨੇ ਕੀਤਾ ਹੁੰਦਾ। ਅਤੇ ਇਹ ਜਨਾਬ ਬੜੀ ਪਿਆਰੀ ਬਰੀਡ ਹੈ, 1 ਹਫ਼ਤੇ ਦੇ ਬੱਚੇ ਨੇ ਜੀ, ਬਹੁਤ ਖੂਬਸੂਰਤ ਨੇ ਔਰ ਵੱਡੇ ਸਾਈਜ਼ ਵਾਲੇ ਹੋ ਜਾਂਦੇ ਨੇ, ਔਰ ਅੰਡੇ ਵੀ ਜ਼ਿਆਦਾ ਦਿੰਦੇ ਨੇ। ਇਹ ਨਸਲ ਦੇ ਵਿੱਚ ਇਹ ਵੀ ਖੂਬੀ ਹੈ ਕਿ ਅੰਡੇ ਵੀ ਜ਼ਿਆਦਾ ਦੇਣਗੇ। ਜਿਹੜੇ ਤੁਸੀਂ ਲੈਂਦੇ ਹੋ ਖੱਬੇ ਸੱਜੇ ਹੋ, ਉਹਨਾਂ ਦਾ ਅੰਡਿਆਂ ਦਾ ਵੀ ਜਿਹੜਾ ਉਹ ਕੋਈ ਗਰੰਟੀ ਨਹੀਂ ਦਿੰਦਾ, ਮਗਰ ਸਾਡੇ ਜਿਹੜੇ ਬੱਚੇ ਤੁਸੀਂ ਪਾਲੋਗੇ, ਸਾਡੇ ਕੋਲੋਂ ਫਾਰਮ ਵਾਲੇ ਦੋਸਤ ਲੈ ਕੇ ਜਾਂਦੇ ਨੇ, ਜਿਹੜੇ ਅੱਛੇ ਜਿਨ੍ਹਾਂ ਨੇ ਉਹ ਘਰ ਰੱਖਣੇ ਹੁੰਦੇ ਨੇ ਜਾਂ ਡੇਰਿਆਂ 'ਤੇ ਰੱਖਣੇ ਹੁੰਦੇ ਨੇ, ਉਹ ਲੈ ਕੇ ਜਾਂਦੇ ਨੇ, ਔਰ ਉਹਨਾਂ ਦੀ ਜਨਾਬ ਉਹ ਫਿਰ ਜਦੋਂ ਵੱਡੇ ਹੁੰਦੇ ਨੇ ਤਾਂ ਦੱਸਦੇ ਨੇ, ਕਹਿੰਦੇ ਮਲਿਕ ਸਾਹਿਬ ਇਹ ਤਾਂ ਮਾਸ਼ਾਅੱਲਾ ਜਿਹੜੇ ਆਮ ਹੁੰਦੇ ਨੇ ਉਹਨਾਂ ਨਾਲੋਂ ਵੀ ਜਿਸਮ ਇਹਨਾਂ ਦੇ ਵੱਡੇ ਨੇ ਔਰ ਵਜ਼ਨ ਵੀ ਇਹਨਾਂ ਦੇ ਜ਼ਿਆਦਾ ਨੇ।
ਠੀਕ ਹੈ ਨਾ ਜੀ। ਅਤੇ ਤੁਸੀਂ ਵੀ ਅਗਰ ਜਨਾਬ ਤੁਹਾਨੂੰ ਚਾਹੀਦੇ ਹੋਣ ਤਾਂ ਤੁਸੀਂ ਜਨਾਬ ਸਾਡੇ ਕੋਲੋਂ ਮੰਗਾ ਸਕਦੇ ਹੋ। ਕਾਰਗੋ ਦੀ ਸਹੂਲਤ ਜਿਹੜੀ ਹੈ ਭਾਈ ਜਾਨ ਪੂਰੇ ਪਾਕਿਸਤਾਨ 'ਚ ਮੌਜੂਦ ਹੈ। ਅਤੇ ਮੇਰਾ ਵਟਸਐਪ ਨੰਬਰ ਜਿਹੜਾ ਉਹ ਤੁਸੀਂ ਨੋਟ ਕਰ ਲਓ, ਜਿਨ੍ਹਾਂ ਦੋਸਤਾਂ ਕੋਲ ਨਹੀਂ ਹੈਗਾ ਅਤੇ ਉਹ ਨੋਟ ਕਰ ਲਓ, 03030584852733। ਇਹ ਮੇਰਾ ਵਟਸਐਪ ਨੰਬਰ ਹੈ ਜੀ, ਇਹਦੇ 'ਤੇ ਦੋਸਤ ਮੇਰੇ ਨਾਲ ਰਾਬਤਾ ਕਰ ਸਕਦੇ ਹੋ। ਅਤੇ ਦੋਸਤੋ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ, ਸਬਸਕ੍ਰਾਈਬ ਕਰ ਦਿਆ ਕਰੋ। ਇੱਕ ਘੰਟੀ ਦਾ ਬਟਨ ਹੁੰਦਾ ਜੀ, ਉਹਨੂੰ ਤੁਸੀਂ ਦਬਾਉਣਾ ਹੁੰਦਾ ਅਤੇ ਮੇਰੀ ਜਿੰਨੀਆਂ ਵੀਡੀਓ ਲੱਗੀਆਂ ਨੇ ਉਹ ਸਾਰੀਆਂ ਤੁਹਾਡੇ ਕੋਲੋਂ ਜਿਹੜੀਆਂ ਜਨਾਬ ਪਹੁੰਚ ਜਾਣਗੀਆਂ, ਠੀਕ ਹੈ ਨਾ। ਅਤੇ ਮੇਰੀ ਹਰ ਆਉਣ ਵਾਲੀ ਵੀਡੀਓ ਵੀ ਤੁਹਾਡੇ ਤੱਕ ਪਹੁੰਚ ਜਾਏਗੀ। ਕਾਫੀ ਦੋਸਤਾਂ ਦੇ ਮੈਸੇਜ ਆਉਂਦੇ ਨੇ, ਫੋਨ ਆਉਂਦੇ ਨੇ ਕਿ ਮਲਿਕ ਸਾਹਿਬ ਤੁਹਾਡਾ ਨੰਬਰ ਜਿਹੜਾ ਉਹ ਜਨਾਬ ਵੀਡੀਓ 'ਤੇ ਅਸੀਂ ਵੇਖ ਲਈ ਦੀ, ਅਤੇ ਨੰਬਰ ਜਿਹੜਾ ਉਹਦਾ ਬੜੀ ਮੁਸ਼ਕਲ ਨਾਲ ਪਤਾ ਲੱਗਦਾ ਜੀ, ਉਹ ਫਲਾਣੇ ਬੰਦੇ ਕੋਲੋਂ ਲਿਆ। ਅਤੇ ਤੁਸੀਂ ਜਨਾਬ ਵੀਡੀਓ ਮੇਰੀ ਵੇਖੋ ਅਤੇ ਉਹਨੂੰ ਘੰਟੀ ਦਾ ਇੱਕ ਬਟਨ ਹੁੰਦਾ ਉਹਨੂੰ ਦਬਾ ਦਿਆ ਕਰੋ ਅਤੇ ਮੇਰੀ ਸਾਰੀਆਂ ਜਿੰਨੀਆਂ ਆਉਣ ਵਾਲੀਆਂ ਵੀਡੀਓ ਨੇ ਸਾਰੀਆਂ ਤੁਹਾਡੇ ਕੋਲ ਜਨਾਬ ਪਹੁੰਚ ਜਾਣਗੀਆਂ। ਅਤੇ ਮੈਂ ਆਪਣੇ ਯੂਟਿਊਬ ਚੈਨਲ 'ਤੇ ਕਾਫੀ ਸਾਰੀਆਂ ਵੀਡੀਓ ਜਿਹੜੀਆਂ ਨੇ ਜਨਾਬ ਲਾਈਆਂ ਨੇ। ਮਲਿਕ ਹੰਟਰ ਮੇਰੇ ਯੂਟਿਊਬ ਚੈਨਲ ਦਾ ਨਾਮ ਹੈ ਜੀ, ਮਲਿਕ ਹੰਟਰ, ਮਲਿਕ ਸ਼ਿਕਾਰੀ ਯਾਨੀ ਕਿ, ਠੀਕ ਹੈ ਨਾ ਜੀ। ਇਹਨੂੰ ਇੰਗਲਿਸ਼ ਕਿਹਾ ਜਾਏਗਾ ਮਲਿਕ ਹੰਟਰ। ਮਲਿਕ ਹੰਟਰ 'ਤੇ ਜਾ ਕੇ ਤੁਸੀਂ ਜਨਾਬ ਮੇਰਾ ਚੈਨਲ ਨੂੰ ਲਾਈਕ ਸ਼ੇਅਰ ਕਰਨਾ ਔਰ ਜਨਾਬ ਮੇਰੀਆਂ ਸਾਰੀਆਂ ਵੀਡੀਓ ਜਿਹੜੀਆਂ ਨੇ ਤੁਹਾਡੇ ਤੱਕ ਪਹੁੰਚ ਜਾਣਗੀਆਂ। ਔਰ ਅਸੀਂ ਫਾਰਮ 'ਤੇ ਅੱਲਾ ਦੇ ਫਜ਼ਲ ਨਾਲ ਹਰ ਚੀਜ਼ ਰੱਖੀ ਹੈ ਜਿਹੜੀ ਤੁਹਾਨੂੰ ਚਾਹੀਦੀ ਹੋਵੇ, ਅਤੇ ਤੁਸੀਂ ਜਨਾਬ ਉਹ ਸਾਨੂੰ ਕਹਿਣਾ, ਅਸੀਂ ਤੁਹਾਨੂੰ ਜਨਾਬ ਉਹ ਭਿਜਵਾ ਦੇਣੀ ਹੈ, ਠੀਕ ਹੈ ਨਾ ਜੀ। ਅਤੇ ਕਾਰਗੋ ਦੀ ਸਹੂਲਤ ਜਿਹੜੀ ਹੈ ਜਨਾਬ ਸਾਡੇ ਕੋਲ ਮੌਜੂਦ ਹੈ ਪੂਰੇ ਪਾਕਿਸਤਾਨ, ਜਿੱਥੇ ਮੇਰਾ ਵੀਰ ਦੋਸਤ ਬਜ਼ੁਰਗ ਭਾਈ ਕਹੇਗਾ ਉੱਥੇ ਜਨਾਬ ਅਸੀਂ ਪਹੁੰਚਾ ਦਾਂਗੇ। ਅਤੇ ਇਹਦੇ ਤੋਂ ਇਲਾਵਾ ਵੀ ਜਨਾਬ ਸਾਡੇ ਕੋਲੋਂ ਤੁਹਾਨੂੰ ਤਿੱਤਰ ਬੱਚੇ ਵੀ ਮਿਲ ਜਾਣਗੇ, ਠੀਕ ਹੈ ਨਾ, ਤਰਕੀ ਦੇ ਵੀ, ਤਿੱਤਰ ਦੇ ਵੀ, ਬੱਤਖਾਂ ਦੇ ਵੀ, ਔਰ ਜਨਾਬ ਜਿਹੜੇ ਕੁੱਤੇ ਨੇ ਉਹ ਵੀ ਸਾਰੀਆਂ ਕਿਸਮਾਂ ਦੇ ਅਸੀਂ ਰੱਖੇ ਨੇ, ਠੀਕ ਹੈ ਨਾ। ਉਹਦੇ 'ਚ ਸ਼ਿਕਾਰੀ ਪੁਆਇੰਟਰ ਵੀ, ਲੈਬਰਾ ਵੀ, ਉਹਦੇ 'ਚ ਜਰਮਨ ਸ਼ੈਫਰਡ ਵੀ ਹੈ, ਜਰਮਨ ਪੁਆਇੰਟਰ ਵੀ ਹੈ, ਇੰਗਲਿਸ਼ ਪੁਆਇੰਟਰ ਵੀ ਹੈ। ਇਹ ਸਾਰੇ ਜਨਾਬ ਅਸੀਂ ਆਪਣੇ ਫਾਰਮ ਦੇ ਉੱਤੇ ਸਾਡੇ ਕੋਲ ਮੌਜੂਦ ਨੇ। ਤੁਸੀਂ ਸਾਡੇ ਕੋਲੋਂ ਇਹ ਫੋਨ 'ਤੇ ਵਟਸਐਪ ਕਰਕੇ ਅਤੇ ਸਾਨੂੰ ਜਨਾਬ ਪੁੱਛ ਸਕਦੇ ਹੋ, ਅਸੀਂ ਤੁਹਾਨੂੰ ਜਨਾਬ ਉਹਦੀਆਂ ਤਸਵੀਰਾਂ ਘੱਲਾਂਗੇ ਔਰ ਤੁਸੀਂ ਸਾਡੇ ਕੋਲੋਂ ਉਹ ਮੰਗਾ ਸਕਦੇ ਹੋ, ਠੀਕ ਹੈ ਨਾ ਜੀ। ਅਤੇ ਹੁਣ ਵੀ ਅੱਲਾ ਦੇ ਫਜ਼ਲ ਦੇ ਨਾਲ ਸਾਡੇ ਕੋਲ ਇੰਗਲਿਸ਼ ਪੁਆਇੰਟਰ ਦੇ ਵੀ ਮਿਲ ਜਾਣਗੇ, ਛੋਟਾ ਵੀ ਮਿਲ ਜਾਣਗੇ, ਵੱਡੇ ਵੀ ਮਿਲ ਜਾਣਗੇ, ਸ਼ਿਕਾਰ 'ਤੇ ਲੱਗੇ ਹੋਏ ਵੀ ਮਿਲ ਜਾਣਗੇ। ਤੁਸੀਂ ਆਪ ਲਾਉਣਾ ਚਾਹੋ ਤਾਂ ਆਪ ਵੀ ਤੁਸੀਂ ਲਾ ਸਕਦੇ ਹੋ, ਠੀਕ ਹੈ ਨਾ ਜੀ। ਇਹ ਵੀ ਸਾਡੇ ਕੋਲ ਸਹੂਲਤਾਂ ਮੌਜੂਦ ਨੇ। ਅਤੇ ਕਾਰਗੋ ਦੀ ਸਹੂਲਤ ਜਿਹੜੀ ਉਹ ਜਨਾਬ ਤੁਹਾਨੂੰ ਅਸੀਂ ਦੱਸ ਦਿੱਤਾ, ਜਿੱਥੇ ਮੇਰਾ ਵੀਰ ਪਾਕਿਸਤਾਨ ਦੇ ਕਿਸੇ ਕੋਨੇ 'ਤੇ ਵੀ ਮੇਰਾ ਵੀਰ, ਮੇਰਾ ਦੋਸਤ ਮੇਰੀ ਵੀਡੀਓ ਵੇਖਦਾ ਹੋਵੇ ਤਾਂ ਉਹ ਸਾਨੂੰ ਆਰਡਰ ਕਰੇ ਕਿ ਮਲਿਕ ਸਾਹਿਬ ਸਾਨੂੰ ਇਹ ਫਲਾਣੀ ਚੀਜ਼ ਤੁਹਾਡੀ ਜਿਹੜੀ ਇਹ ਪਸੰਦ ਆਈ ਹੈ, ਇਹ ਚਾਹੀਦੀ ਹੈ, ਇਹਦੇ ਵਾਸਤੇ ਤੁਸੀਂ ਜਨਾਬ ਸਾਨੂੰ ਦੱਸੋ ਕਿ ਫਲਾਣੀ ਜਗ੍ਹਾ 'ਤੇ ਪਹੁੰਚਾ ਦਿਓਗੇ, ਅਸੀਂ ਜਨਾਬ ਉੱਥੇ ਉਹਨਾਂ ਨੂੰ ਅੱਲਾ ਦੇ ਫਜ਼ਲ ਨਾਲ ਪਹੁੰਚਾ ਦੇਣ। ਜਿਹੜੇ ਦੋਸਤ ਮੇਰੇ ਵੀਡੀਓ ਪਸੰਦ ਕਰਦੇ ਨੇ ਜਾਂ ਜਿਹੜੇ ਨਹੀਂ ਵੀ ਕਰਦੇ, ਉਹਨਾਂ ਦਾ ਵੀ ਅੱਲਾ ਤਾਲਾ ਫਜ਼ਲ ਕਰੇ, ਭਲਾ ਕਰੇ ਜੀ ਉਹਨਾਂ ਦਾ ਵੀ, ਅਤੇ ਅੱਲਾ ਤਾਲਾ ਉਹਨਾਂ ਦੇ ਰਿਜ਼ਕ 'ਚ ਬਰਕਤ ਪਾਵੇ। ਕਾਫੀ ਮੈਨੂੰ ਮੈਸੇਜ ਆਉਂਦੇ ਨੇ, ਮੈਨੂੰ ਫੋਨ ਆਉਂਦੇ ਨੇ ਹਮਸਾਇਆ ਮੁਲਕ 'ਚੋਂ ਵੀ, ਸਮੁੰਦਰੋਂ ਪਾਰ ਵੀ, ਉਹ ਵੀ ਦੋਸਤ ਜਿਹੜੇ ਪਾਕਿਸਤਾਨ 'ਚੋਂ ਗਏ ਨੇ ਜਾਂ ਇੰਡੀਆ 'ਚੋਂ ਜਿਹੜੇ ਉੱਥੇ ਗਏ ਨੇ, ਉਹ ਵੀ ਸਾਰੇ ਜਿਹੜੇ ਨੇ ਉਹ ਬੜਾ ਪਿਆਰ ਦਿੰਦੇ ਹੋ। ਅਤੇ ਪਾਕਿਸਤਾਨ ਦੇ ਵੀ ਮੇਰੇ ਵੀਰ ਦੋਸਤ ਮੇਰੀ ਵੀਡੀਓ ਨੂੰ ਬੜਾ ਪਸੰਦ ਕਰਦੇ ਨੇ, ਮੇਰੀਆਂ ਭੈਣਾਂ ਬੜੀਆਂ ਪਸੰਦ ਕਰਦੀਆਂ ਨੇ ਕਿ ਉਹ ਮਸ਼ਵਰੇ ਲੈਂਦੇ ਨੇ ਸਾਡੇ ਕੋਲੋਂ ਕਿ ਜੀ ਮਲਿਕ ਸਾਹਿਬ ਅਸੀਂ ਕੀ ਘਰ 'ਚ ਰੱਖੀਏ, ਕੀ ਪਾਲੀਏ। ਉਹਨਾਂ ਨੂੰ ਫਿਰ ਦੱਸੀਦਾ ਕਿ ਤੁਸੀਂ ਆਪਣਾ ਘਰ ਦੇ ਵਿੱਚ ਫਲਾਣੀ ਚੀਜ਼ ਰੱਖੋ, ਮੁਰਗੀਆਂ ਰੱਖੋ, ਬੱਕਰੀਆਂ ਰੱਖੋ ਜਨਾਬ, ਤਰਕੀ ਰੱਖੋ, ਬੱਤਖਾਂ ਰੱਖੋ, ਠੀਕ ਹੈ ਨਾ ਜੀ, ਮੋਰ ਦੇ ਬੱਚੇ ਰੱਖੋ। ਅਤੇ ਉਹ ਜਨਾਬ ਜਦੋਂ ਤੁਸੀਂ ਰੱਖੋਗੇ ਫਿਰ ਅੱਲਾ ਦੇ ਫਜ਼ਲ ਦੇ ਨਾਲ ਉਹ ਆਸਤਾ ਆਸਤਾ ਉਹਨਾਂ ਨੂੰ ਤੁਸੀਂ ਮਿਹਨਤ ਕਰੋਗੇ, ਵੱਡੇ ਹੋਣਗੇ ਅਤੇ ਫਿਰ ਉਹਨਾਂ ਦਾ ਜਿਹੜਾ ਤੁਸੀਂ ਫਾਇਦਾ ਚੁੱਕ ਸਕਦੇ ਹੋ, ਠੀਕ ਹੈ ਨਾ ਜੀ। ਅਤੇ ਇਹ ਜਨਾਬ
ਇਸ ਤਰ੍ਹਾਂ ਦੀਆਂ ਛੋਟੀਆਂ ਛੋਟੀਆਂ ਚੀਜ਼ਾਂ, ਅੱਛੀਆਂ ਖੂਬਸੂਰਤ ਚੀਜ਼ਾਂ ਲਓ। ਕਾਫੀ ਮੇਰੀਆਂ ਭੈਣਾਂ ਨੇ, ਉਹਨਾਂ ਨੂੰ ਮੈਂ ਉਹ ਖਰਗੋਸ਼ ਦਾ ਮਸ਼ਵਰਾ ਦਿੱਤਾ ਸੀ, ਉਹਨਾਂ ਦੇ ਖਰਗੋਸ਼ ਦੇ ਬੱਚੇ ਵੀ ਜਿਹੜੇ ਨੇ ਅੱਲਾਹ ਦੇ ਫਜ਼ਲ ਨਾਲ ਕਾਫੀ ਸਾਰੇ ਹੋਏ ਨੇ, ਅਤੇ ਉਹ ਵੀ ਹੁਣ ਉਹ ਬੜੀਆਂ ਖੁਸ਼ ਨੇ ਕਿ ਸਾਨੂੰ ਇਹ ਖੁਰਾਕ ਵੀ ਇਹਨੂੰ ਥੋੜ੍ਹੀ ਪਾਣੀ ਪੈਂਦੀ ਹੈ, ਔਰ ਆਪੀ ਚੁੱਕ ਚੁੱਕ ਕੇ ਖਰਗੋਸ਼ ਜਿਹੜੇ ਨੇ ਉਹ ਜਨਾਬ ਬੱਚੇ ਮਾਸ਼ਾਅੱਲਾ ਹਰ ਮਹੀਨੇ ਬੱਚੇ ਦਿੰਦੇ ਨੇ। ਅੱਲਾਹ ਤਾਲਾ ਨੇ ਬੜਾ ਪਿਆਰਾ ਜਾਨਵਰ ਬਣਾਇਆ ਜਿਹੜਾ ਹਰ ਚੰਦ ਦੇ ਚੰਦ ਬੱਚੇ ਦਿੰਦਾ ਜੀ, ਔਰ ਕਾਫੀ ਸਾਰੇ ਦਿੰਦਾ, ਠੀਕ ਹੈ ਨਾ ਜੀ। ਅਤੇ ਦੋਸਤੋ ਮੈਨੂੰ ਵੀ ਦੁਆਵਾਂ ਯਾਦ ਰੱਖਣਾ, ਮੈਂ ਤੁਹਾਡੇ ਲਈ ਦੁਆਵਾਂ ਕਰਨਾ। ਬਹੁਤ ਸ਼ੁਕਰੀਆ, ਅਸਲਾਮ ਅਲੈਕੁਮ।